ਕੱਛ ਚੋਂ ਪਰਸ ਖੋ ਕੇ ਲੈ ਗਏ ਲੁਟੇਰੇ ਤੇ ਪਿੱਛੋਂ ਇਹ ਬਜ਼ੁਰਗ ਮਹਿਲਾ ਚੀਕਾਂ ਹੀ ਮਾਰਦੀ ਰਹਿ ਗਈ। ਲੁੱਟ ਦੀ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ। ਇਹ ਬਜ਼ੁਰਗ ਮਹਿਲਾ ਫਰੂਟ ਖਰੀਦ ਕੇ ਘਰ ਨੂੰ ਜਾ ਰਹੀ ਸੀ ਕਿ ਪਿੱਛੇ ਤੋਂ ਬਾਈਕ ਸਵਾਰ ਦੋ ਲੁਟੇਰੇ ਆਉਂਦੇ ਨੇ ਤੇ ਮਿੰਟੋ ਮਿੰਟੀ ਬੀਬੀ ਦਾ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ। ਇਸ ਘਟਨਾ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ ਹੈ। ਮਹਿਲਾਵਾਂ ਸਮਾਨ ਖਰੀਦਣ ਲਈ ਘਰ ਤੋਂ ਬਾਹਰ ਜਾਣ ਤੋਂ ਵੀ ਡਰਦੀਆਂ ਨੇ। ਲੁੱਟ ਦੀਆਂ ਇਹ ਵਾਰਦਾਤਾਂ ਨਿੱਤ ਦਿਨ ਲੁਧਿਆਣਾ 'ਚ ਵਾਪਰ ਰਹੀਆਂ ਨੇ। ਪੀੜਤ ਮਹਿਲਾ ਜਸਪਾਲ ਕੌਰ ਲੁਧਿਆਣਾ ਦੇ ਚੰਦਰ ਨਗਰ ਦੀ ਰਹਿਣ ਵਾਲੀ ਹੈ। ਜਸਪਾਲ ਕੌਰ ਦਾ ਕਹਿਣਾ ਹੈ ਕਿ ਉਸਨੇ ਅੰਬਾਂ ਵਾਲਾ ਲਿਫਾਫਾ ਫੜਿਆ ਹੋਇਆ ਸੀ ਤੇ ਦੂਜੇ ਹੱਥ 'ਚ ਪਰਸ ਫੜਿਆ ਹੋਇਆ ਸੀ ਤੇ ਪਰਸ ਦੇ ਵਿੱਚ ਤਕਰੀਬਨ 3000 ਰੁਪਏ, ਇੱਕ ਮੋਬਾਈਲ ਅਤੇ ਇੱਕ ਕੀਮਤੀ ਨੋਟਬੁੱਕ ਸੀ ਜਿਸ ਨੂੰ ਬਦਮਾਸ਼ ਝਪੱਟਾ ਮਾਰ ਕੇ ਲੈ ਗਏ। ਜਿਸ ਤੋਂ ਬਾਅਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਹੈਬੋਵਾਲ ਦੇ ਇਲਾਕੇ ਜਗਤਪੁਰੀ ਚੌਂਕੀ ਦੀ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਸੀਸੀਟੀਵੀ ਨੂੰ ਕਬਜ਼ੇ 'ਚ ਲਿਆ ਤੇ ਲੁਟੇਰਿਆਂ ਨੂੰ ਜਲਦੀ ਫੜਨ ਦਾ ਦਾਅਵਾ ਹੁਣ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ। ਕੱਛ ਚੋਂ ਪਰਸ ਖੋ ਕੇ ਲੈ ਗਏ ਲੁਟੇਰੇ ਤੇ ਪਿੱਛੋਂ ਇਹ ਬਜ਼ੁਰਗ ਮਹਿਲਾ ਚੀਕਾਂ ਹੀ ਮਾਰਦੀ ਰਹਿ ਗਈ। ਲੁੱਟ ਦੀ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ। ਇਹ ਬਜ਼ੁਰਗ ਮਹਿਲਾ ਫਰੂਟ ਖਰੀਦ ਕੇ ਘਰ ਨੂੰ ਜਾ ਰਹੀ ਸੀ ਕਿ ਪਿੱਛੇ ਤੋਂ ਬਾਈਕ ਸਵਾਰ ਦੋ ਲੁਟੇਰੇ ਆਉਂਦੇ ਨੇ ਤੇ ਮਿੰਟੋ ਮਿੰਟੀ ਬੀਬੀ ਦਾ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ। ਇਸ ਘਟਨਾ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ ਹੈ। ਮਹਿਲਾਵਾਂ ਸਮਾਨ ਖਰੀਦਣ ਲਈ ਘਰ ਤੋਂ ਬਾਹਰ ਜਾਣ ਤੋਂ ਵੀ ਡਰਦੀਆਂ ਨੇ। ਲੁੱਟ ਦੀਆਂ ਇਹ ਵਾਰਦਾਤਾਂ ਨਿੱਤ ਦਿਨ ਲੁਧਿਆਣਾ 'ਚ ਵਾਪਰ ਰਹੀਆਂ ਨੇ। ਪੀੜਤ ਮਹਿਲਾ ਜਸਪਾਲ ਕੌਰ ਲੁਧਿਆਣਾ ਦੇ ਚੰਦਰ ਨਗਰ ਦੀ ਰਹਿਣ ਵਾਲੀ ਹੈ। ਜਸਪਾਲ ਕੌਰ ਦਾ ਕਹਿਣਾ ਹੈ ਕਿ ਉਸਨੇ ਅੰਬਾਂ ਵਾਲਾ ਲਿਫਾਫਾ ਫੜਿਆ ਹੋਇਆ ਸੀ ਤੇ ਦੂਜੇ ਹੱਥ 'ਚ ਪਰਸ ਫੜਿਆ ਹੋਇਆ ਸੀ ਤੇ ਪਰਸ ਦੇ ਵਿੱਚ ਤਕਰੀਬਨ 3000 ਰੁਪਏ, ਇੱਕ ਮੋਬਾਈਲ ਅਤੇ ਇੱਕ ਕੀਮਤੀ ਨੋਟਬੁੱਕ ਸੀ ਜਿਸ ਨੂੰ ਬਦਮਾਸ਼ ਝਪੱਟਾ ਮਾਰ ਕੇ ਲੈ ਗਏ। ਜਿਸ ਤੋਂ ਬਾਅਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਹੈਬੋਵਾਲ ਦੇ ਇਲਾਕੇ ਜਗਤਪੁਰੀ ਚੌਂਕੀ ਦੀ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਸੀਸੀਟੀਵੀ ਨੂੰ ਕਬਜ਼ੇ 'ਚ ਲਿਆ ਤੇ ਲੁਟੇਰਿਆਂ ਨੂੰ ਜਲਦੀ ਫੜਨ ਦਾ ਦਾਅਵਾ ਹੁਣ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ। ਕੱਛ ਚੋਂ ਪਰਸ ਖੋ ਕੇ ਲੈ ਗਏ ਲੁਟੇਰੇ ਤੇ ਪਿੱਛੋਂ ਇਹ ਬਜ਼ੁਰਗ ਮਹਿਲਾ ਚੀਕਾਂ ਹੀ ਮਾਰਦੀ ਰਹਿ ਗਈ। ਲੁੱਟ ਦੀ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ। ਇਹ ਬਜ਼ੁਰਗ ਮਹਿਲਾ ਫਰੂਟ ਖਰੀਦ ਕੇ ਘਰ ਨੂੰ ਜਾ ਰਹੀ ਸੀ ਕਿ ਪਿੱਛੇ ਤੋਂ ਬਾਈਕ ਸਵਾਰ ਦੋ ਲੁਟੇਰੇ ਆਉਂਦੇ ਨੇ ਤੇ ਮਿੰਟੋ ਮਿੰਟੀ ਬੀਬੀ ਦਾ ਪਰਸ ਖੋ ਕੇ ਫਰਾਰ ਹੋ ਜਾਂਦੇ ਨੇ। ਇਸ ਘਟਨਾ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ ਹੈ। ਮਹਿਲਾਵਾਂ ਸਮਾਨ ਖਰੀਦਣ ਲਈ ਘਰ ਤੋਂ ਬਾਹਰ ਜਾਣ ਤੋਂ ਵੀ ਡਰਦੀਆਂ ਨੇ। ਲੁੱਟ ਦੀਆਂ ਇਹ ਵਾਰਦਾਤਾਂ ਨਿੱਤ ਦਿਨ ਲੁਧਿਆਣਾ 'ਚ ਵਾਪਰ ਰਹੀਆਂ ਨੇ। ਪੀੜਤ ਮਹਿਲਾ ਜਸਪਾਲ ਕੌਰ ਲੁਧਿਆਣਾ ਦੇ ਚੰਦਰ ਨਗਰ ਦੀ ਰਹਿਣ ਵਾਲੀ ਹੈ। ਜਸਪਾਲ ਕੌਰ ਦਾ ਕਹਿਣਾ ਹੈ ਕਿ ਉਸਨੇ ਅੰਬਾਂ ਵਾਲਾ ਲਿਫਾਫਾ ਫੜਿਆ ਹੋਇਆ ਸੀ ਤੇ ਦੂਜੇ ਹੱਥ 'ਚ ਪਰਸ ਫੜਿਆ ਹੋਇਆ ਸੀ ਤੇ ਪਰਸ ਦੇ ਵਿੱਚ ਤਕਰੀਬਨ 3000 ਰੁਪਏ, ਇੱਕ ਮੋਬਾਈਲ ਅਤੇ ਇੱਕ ਕੀਮਤੀ ਨੋਟਬੁੱਕ ਸੀ ਜਿਸ ਨੂੰ ਬਦਮਾਸ਼ ਝਪੱਟਾ ਮਾਰ ਕੇ ਲੈ ਗਏ। ਜਿਸ ਤੋਂ ਬਾਅਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਹੈਬੋਵਾਲ ਦੇ ਇਲਾਕੇ ਜਗਤਪੁਰੀ ਚੌਂਕੀ ਦੀ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਸੀਸੀਟੀਵੀ ਨੂੰ ਕਬਜ਼ੇ 'ਚ ਲਿਆ ਤੇ ਲੁਟੇਰਿਆਂ ਨੂੰ ਜਲਦੀ ਫੜਨ ਦਾ ਦਾਅਵਾ ਹੁਣ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ।